ਪੰਜਾਬੀ ਗਾਇਕ ਪਰਮੇਸ਼ ਵਰਮਾ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਵਿਵਾਦਾਂ ਦਾ ਕਾਰਨ ਉਹਨਾਂ ਦੀ ਇੱਕ ਵੀਡੀਓ ਹੈ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਰਮੇਸ਼ ਵਰਮਾ ਆਪਣੇ ਸਾਥੀ ਨਾਲ ਬੁਲੇਟ 'ਤੇ ਗੇੜੀਆਂ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ 'ਚੋਂ ਉਹ ਟ੍ਰੈਫਿਕ ਨਿਯਮ ਦੀਆਂ ਧੱਜੀਆਂ ਉਡਾਉਂਦੇ ਹੋਏ ਸਾਫ਼ ਤੌਰ 'ਤੇ ਦੇਖੇ ਜਾ ਸਕਦੇ ਹਨ, ਕਿਉਂਕਿ ਇਸ ਦੌਰਾਨ ਪਰਮੇਸ਼ ਵਰਮਾ ਬਿਨਾਂ ਹੈਲਮਟ ਦੇ ਨਜ਼ਰ ਆਏ। ਦੱਸ ਦਈਏ ਕਿ ਪਰਮੇਸ਼ ਵਰਮਾ ਨੇ ਬੁਲੇਟ ਨੂੰ ਓਵਰ ਸਪੀਡ ਵਿੱਚ ਚਲਾਇਆ ਅਤੇ ਖੂਬ ਪਟਾਕੇ ਵੀ ਪਾਏ। ਇਸ ਵੀਡੀਓ ਨੂੰ ਪਰਮੇਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਅਪਲੋਡ ਕੀਤਾ ਹੈ। ਇਹ ਵੀਡੀਓ ਪਟਿਆਲਾ ਸ਼ਹਿਰ ਦੀ ਹੈ, ਜਿੱਥੇ ਉਹਨਾਂ ਨੇ ਬਿਨਾਂ ਕਿਸੇ ਡਰ ਦੇ ਟ੍ਰੈਫਿਕ ਨਿਯਮ ਦੀਆਂ ਧੱਜੀਆਂ ਉਡਾਈਆਂ। ਇਸ ਸੰਬੰਧ ਵਿੱਚ ਜਦੋਂ ਪਟਿਆਲਾ ਦੇ DSP ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਇਹ ਵੀਡੀਓ ਜੋ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋ ਰਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਹ ਵੀਡੀਓ ਮੈਂ ਦੇਖੀ ਅਤੇ ਇਹਨੂੰ ਵੈਰੀਫਾਈ ਕਰਾਂਗੇ ਵੀ ਕਿੱਥੇ ਦੀ ਹੈ, ਕਿਉਂਕਿ ਇਹ ਸਿੰਗਰ ਹੈ ਜਿਹੜਾ ਹੁਣ ਸ਼ੂਟਿੰਗ ਵਗੈਰਾ ਅਲੱਗ ਅਲੱਗ ਜਗ੍ਹਾ 'ਤੇ ਕਰਦੇ ਰਹਿੰਦੇ ਨੇ, ਮੋਹਾਲੀ ਕਰਦੇ ਨੇ, ਹੋਰ ਕਿਸੇ ਵੀ ਥਾਂ 'ਤੇ ਕਰ ਸਕਦੇ ਨੇ। ਉਹ ਵੈਰੀਫਾਈ ਕਰਕੇ ਫਿਰ ਜੋ ਕਾਨੂੰਨੀ ਕਾਰਵਾਈ ਹੋਗੀ ਉਹਦੇ ਖਿਲਾਫ਼ ਕਰ ਦਿੱਤੀ ਜਾਏਗੀ। ਸ਼ੂਟਿੰਗ ਨਹੀਂ ਹੈਗੀ, ਇਹ ਵੈਸੇ ਪ੍ਰਾਈਵੇਟ ਇਰਾਦਾ ਹੈ। ਚਲੋ ਫਿਰ ਵੀ ਇਹ ਵੈਰੀਫਾਈ ਕਰਨਾ ਜ਼ਰੂਰੀ ਹੈ ਕਿ ਇਹ ਆਪਣਾ ਕਿੱਥੇ ਦਾ ਹੈ। ਬਿਲਕੁਲ ਤੁਰਦਗੇ ਜੇ ਯੂਥ ਇਹਨੂੰ ਫਾਲੋ ਕਰਦਾ ਹੈ, ਇੱਦਾਂ ਦੀਆਂ ਚੀਜ਼ਾਂ ਨੂੰ ਵੀ ਫਾਲੋ ਕਰਨਗੇ। ਇਹ ਬੜੀ ਆਪਣਾ ਗੱਲ ਸਹੀ ਨਹੀਂ ਹੈ, ਠੀਕ ਨਹੀਂ ਹੈ। ਹੈਲਮਟ ਨਹੀਂ ਪਾਇਆ, ਹੈਲਮਟ ਦੀ ਤਹਿਤ ਜੋ ਵੀ ਕਾਰਵਾਈ ਬਣੀ ਕਰਵਾਉਣੀ। ਇੱਥੇ ਇਹ ਵੀ ਦੱਸਣਯੋਗ ਹੈ ਕਿ 22 ਨਵੰਬਰ ਨੂੰ ਜਦੋਂ ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਤੋਂ ਮੋਹਾਲੀ ਏਅਰਪੋਰਟ ਪਹੁੰਚੇ ਤਾਂ ਕਰਨ ਔਜਲਾ ਅਤੇ ਉਹਨਾਂ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ, ਜਿਸ ਕਾਰਨ ਉਹਨਾਂ ਦੇ 5 ਚਲਾਨ ਕੀਤੇ ਗਏ ਸਨ। ਹੁਣ ਇਸ ਮਾਮਲੇ ਵਿੱਚ ਪਰਮੇਸ਼ ਵਰਮਾ ਅਤੇ ਟ੍ਰੈਫਿਕ ਪੁਲਿਸ ਕੀ ਕਾਰਵਾਈ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਵਾਇਸ ਆਫ ਪੰਜਾਬ।